ਨਵੀਂ ਤਕਨੀਕ ਆਈ ਆ ਜੀ, ਇੱਕ ਤਾਂ ਨਵਾਂ ਕਾਨੂੰਨ ਜਿਹੜਾ ਵਾ ਗੌਰਮੈਂਟ ਵੱਲੋਂ ਲਾਗੂ ਕੀਤਾ ਗਿਆ, ਨੰਬਰ 2 ਤੇ ਸਾਨੂੰ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਨੂੰ ਜਿਹੜੀਆਂ ਉਹ CCTV ਕੈਮਰੇ ਨਾਲ ਲੈਸ ਗੱਡੀਆਂ ਪ੍ਰੋਵਾਈਡ ਹੋਈਆਂ ਜੀ। ਕੀ ਲੱਗਦਾ ਕਿ ਇਹਦੇ ਉੱਪਰ ਨਜ਼ਰ ਰੱਖੀ ਜਾਵੇਗੀ? ਬਿਲਕੁਲ ਜੀ, ਬਹੁਤ ਨਜ਼ਰ ਹੈ, ਫਰੰਟ 'ਤੇ ਵੀ ਕੈਮਰਾ ਲੱਗਿਆ ਹੋਇਆ ਔਰ ਬੈਕ 'ਤੇ ਵੀ ਕੈਮਰਾ ਲੱਗਿਆ ਜੀ, ਔਰ ਜੋ ਹਰ ਵੇਲੇ ਚਾਲੂ ਰਹਿੰਦਾ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਜਾਂ ਅਸੀਂ ਰੋਡ 'ਤੇ ਜਾਂਦੇ ਹਾਂ, ਇਹ ਆਪਣਾ ਜਿਹੜਾ ਚਾਲੂ ਰਹਿੰਦਾ ਵਾ। ਇਹਦੇ ਨਾਲ ਸਾਨੂੰ ਇਹ ਆ ਜਿਹੜੇ ਕੋਈ ਟ੍ਰੈਫਿਕ ਚਲਾਨ ਕਰਦੇ ਹਾਂ ਅਸੀਂ ਜਾਂ ਵਾਇਲੇਟ ਹੁੰਦੇ ਆ, ਮੁੱਕਰ ਜਾਂਦੇ ਸੀ ਕਈ, ਨਹੀਂ ਜੀ ਮੈਂ ਤਾਂ ਸੀਟ ਬੈਲਟ ਪਹਿਨੀ ਸੀ, ਮੈਂ ਤਾਂ ਰੈੱਡ ਲਾਈਟ ਜੰਪ ਨਹੀਂ ਕੀਤਾ, ਹੈਲਮਟ ਪਹਿਨਿਆ ਹੋਇਆ ਸੀ, ਉਹ ਹੁਣ ਜਿਹੜੀ ਆ ਉਹ ਝੂਠ ਬੋਲਣ ਵਾਲੀ ਜਿਹੜੀ ਕੰਮ ਆ ਉਹ ਖਤਮ ਜੀ। ਔਨਲਾਈਨ ਚਲਾਨ ਵੀ ਕੀਤੇ ਜਾ ਰਹੇ ਹਾਂ? ਬਿਲਕੁਲ ਜੀ, ਔਨਲਾਈਨ ਚਲਾਨ ਵੀ ਜਿਹੜੇ ਆ ਉਹ ਜਿਹੜੇ ਹੈਗੇ ਨੇ ਮਸ਼ੀਨਾਂ ਵਾਲੇ ਉਹ ਕੀਤੇ ਜਾ ਰਹੇ ਨੇ, ਬਾਕੀ ਜਿਹੜੇ ਟ੍ਰੈਫਿਕ ਲਾਈਟਸ ਵਾਲੇ ਆ ਉਹ ਅਜੇ ਸ਼ੁਰੂ ਹੋਣ ਵਾਲੇ ਨੇ। ਸ਼ਹਿਰ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋ? ਸ਼ਹਿਰ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਜੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਹਰ ਵੇਲੇ ਹੈਲਮਟ ਪਹਿਨ ਕੇ ਆਪਣਾ 2-wheeler ਚਲਾਓ, 4-wheeler ਚਲਾਉਂਦੇ ਸਮੇਂ ਸੀਟ ਬੈਲਟ ਪਹਿਨੋ, ਰੋਂਗ ਪਾਰਕਿੰਗ ਖਾਸ ਕਰਕੇ ਗੱਡੀਆਂ ਨਾ ਖੜੀਆਂ ਕਰੋ, ਕਿਉਂਕਿ ਇੱਕ ਗੱਡੀ ਅਗਰ ਸੜਕ 'ਤੇ ਖੜੀ ਹੋ ਜਾਂਦੀ ਆ ਤਾਂ ਜਿਹੜੇ ਸੈਂਕੜੇ ਲੋਕ ਜਿਹੜੇ ਉਹਨਾਂ ਪ੍ਰਭਾਵਿਤ ਹੁੰਦੇ ਆ ਰਸਤੇ ਵਾਲੇ। ਕੰਟਰੋਲ ਰੂਮ ਕਿੱਥੇ ਬਣਿਆ? ਕੰਟਰੋਲ ਰੂਮ ਮਾਨਯੋਗ CP ਸਾਹਿਬ ਅੰਮ੍ਰਿਤਸਰ। ਇੱਕ ਇੱਕ ਗੱਡੀ ਦੇ ਉੱਪਰ, ਹਰ ਗੱਡੀ ਉੱਪਰ ਫਰੰਟ ਔਰ ਬੈਕ 2-2 ਕੈਮਰੇ ਲੱਗੇ ਆ ਜੀ। ਬਿਲਕੁਲ ਜੀ, ਕੈਮਰੇ ਦੀ ਨਜ਼ਰ ਤੋਂ ਨਹੀਂ ਬਚ ਸਕਦਾ, ਅਸੀਂ ਵੀ ਹਰ ਵੇਲੇ ਕੈਮਰੇ ਦੀ ਨਜ਼ਰ 'ਚ ਰਹਾਂਗੇ ਔਰ ਜੋ ਪਬਲਿਕ ਆ ਉਹ ਵੀ ਹਰ ਵੇਲੇ ਕੈਮਰੇ ਦੀ ਨਜ਼ਰ 'ਚ ਰਹੇਗੀ। ਮੇਰਾ ਨਾਮ ਜੀ ਇੰਸਪੈਕਟਰ ਪਰਮਜੀਤ ਸਿੰਘ, ਟ੍ਰੈਫਿਕ ਇੰਚਾਰਜ। ਸਰ, ਕਿਹੜੇ ਰੂਲ ਨਵੇਂ ਆਏ ਜਿਹੜੇ ਗੱਡੀਆਂ ਦੇ ਵਾਹਨਾਂ ਦੇ ਉੱਪਰ ਕੈਮਰੇ ਲੱਗੇ? ਰੂਲ ਨਵੇਂ ਦੇਖੋ ਜੀ, DG ਸਾਹਿਬ ਦੇ ਵੱਲੋਂ ਇਹ ਸਾਰੀ ਪੰਜਾਬ ਪੁਲਿਸ ਦੇ ਵਿੱਚ ਜੋ ਵੀ ਨਵੀਂ ਨਵੀਂ ਟੈਕਨੀਕ ਆਉਂਦੀ ਆ ਉਹ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਮੁਹੱਈਆ ਕਰਾਈ ਜਾਂਦੀ ਹੈ। ਹੁਣ ਨਵਾਂ ਤਰੀਕਾ ਕੀ ਆਇਆ ਜੀ ਗੱਡੀਆਂ ਦੇ ਉੱਪਰ ਜਿਹੜੇ ਕੈਮਰੇ ਲੱਗੇ? ਨਵਾਂ ਤਰੀਕਾ ਇਹ ਹੈ ਵੀ ਸਾਰੇ ਜਿੰਨੀ ਆ ਸ਼ਹਿਰ ਦੇ ਵਿੱਚ SHO ਜਾਂ ਮਤਲਬ ਹੋਰੋਂ ਆਫੀਸਰ ਜਾਂ ਸਾਡੇ ਜਿਹੜੇ ਟ੍ਰੈਫਿਕ ਦੇ ਗੱਡੀਆਂ ਚੱਲਦੀਆਂ ਮਤਲਬ ਉਹਨਾਂ ਦੇ ਉੱਤੇ ਜਿਹੜੇ ਆ CCTV ਕੈਮਰੇ ਲਗਾਏ ਗਏ ਅੱਗੇ ਵੀ ਅਤੇ ਪਿੱਛੇ ਵੀ, ਜੋ ਕਿ ਅੱਗੇ ਵੀ ਕਾਫੀ ਦੂਰ ਤੱਕ ਆਵਾਜ਼ ਕਰਦੇ ਔਰ ਪਿੱਛੋਂ ਵੀ ਆਵਾਜ਼ ਕਰਦੇ। ਫਾਇਦਾ ਇਹਦਾ ਇਹ ਹੋਵੇਗਾ ਕਿ ਜਦੋਂ ਅਸੀਂ ਕੋਈ ਚਲਾਨ ਕੱਟਦੇ ਉਹਦੇ ਨਾਲ ਇਹ ਬਹੁਤ ਇੱਕ ਆਸਾਨ ਤਰੀਕਾ ਹੋ ਜਾਵੇਗਾ ਕਿ ਅਸੀਂ ਜਿਹੜਾ ਚਲਾਨ ਜਿਹਦਾ ਕੱਟ ਰਹੇ ਉਹਨੂੰ ਦੱਸਿਆ ਜਾਏਗਾ ਕਿ ਤੇਰੀ ਜਿਹੜੀ ਆ ਇਹ ਰਿਕਾਰਡਿੰਗ ਜਿਹੜੀ ਆ ਕੈਮਰੇ ਵਿੱਚ ਹੋ ਰਹੀ ਹੈ, ਅਤੇ ਜੋ ਵੀ ਆਪਣੀ ਪੂਰਾ ਬਣਦੀ ਕਾਰਵਾਈ ਆ ਉਹ 'ਤੇ ਕੀਤੀ ਜਾਏਗੀ ਔਰ ਕੋਈ ਇਹਦੇ ਵਿੱਚ ਕੋਈ ਝਗੜੇ ਵਾਲੀ ਗੱਲ ਹੀ ਨਹੀਂ ਹੋਏਗੀ। ਅੰਮ੍ਰਿਤਸਰ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਅੰਮ੍ਰਿਤਸਰ ਦੇ ਲੋਕਾਂ ਨੂੰ ਇਹੀ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਹੁਣ ਜਿਹੜੇ ਆ ਬਹੁਤ ਜ਼ਿਆਦਾ ਸਖਤੀ ਹੋ ਗਈ ਆ, ਵੀ ਥਾਂ ਥਾਂ 'ਤੇ ਕੈਮਰੇ ਲੱਗੇ ਆ, ਪੀ ਚਲਾਨਾਂ ਦੇ ਵੀ ਸ਼ੁਰੂ ਹੋ ਗਏ ਆ, ਇਹ ਜਿਹੜੇ ਗੱਡੀਆਂ 'ਤੇ ਕੈਮਰੇ ਆ ਇਹ ਵੀ ਮਤਲਬ ਕਾਫੀ ਦੂਰੋਂ ਤੋਂ ਕੋਈ ਜਿਹਨੇ ਸੀਟ ਬੈਲਟ ਨਹੀਂ ਲਾਈ, ਕੋਈ ਟ੍ਰਿਪ ਰਾਈਡਿੰਗ ਕਰ ਰਿਹਾ, ਕੋਈ ਕਾਲੀ ਮਤਲਬ ਫਿਲਮ ਵਾਲੀ ਗੱਡੀ ਆ ਰਹੀ, ਸਾਰਿਆਂ ਨੂੰ ਆਵਾਜ਼ ਕਰੇਗਾ ਔਰ ਉਦੋਂ ਉਹਨਾਂ ਦਾ ਜਿਹੜਾ ਬਣਦਾ ਚਲਾਨ ਹੋਏਗਾ। ਨਵੀਂ ਤਕਨੀਕ ਆਈ ਆ ਜੀ, ਇੱਕ ਤਾਂ ਨਵਾਂ ਕਾਨੂੰਨ ਜਿਹੜਾ ਵਾ ਗੌਰਮੈਂਟ ਵੱਲੋਂ ਲਾਗੂ ਕੀਤਾ ਗਿਆ, ਨੰਬਰ 2 ਤੇ ਸਾਨੂੰ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਨੂੰ ਜਿਹੜੀਆਂ ਉਹ CCTV ਕੈਮਰੇ ਨਾਲ ਲੈਸ ਗੱਡੀਆਂ ਪ੍ਰੋਵਾਈਡ ਹੋਈਆਂ ਜੀ। ਕੀ ਲੱਗਦਾ ਕਿ ਇਹਦੇ ਉੱਪਰ ਨਜ਼ਰ ਰੱਖੀ ਜਾਵੇਗੀ? ਬਿਲਕੁਲ ਜੀ, ਬਹੁਤ ਨਜ਼ਰ ਹੈ, ਫਰੰਟ 'ਤੇ ਵੀ ਕੈਮਰਾ ਲੱਗਿਆ ਹੋਇਆ ਔਰ ਬੈਕ 'ਤੇ ਵੀ ਕੈਮਰਾ ਲੱਗਿਆ ਜੀ, ਔਰ ਜੋ ਹਰ ਵੇਲੇ ਚਾਲੂ ਰਹਿੰਦਾ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਜਾਂ ਅਸੀਂ ਰੋਡ 'ਤੇ ਜਾਂਦੇ ਹਾਂ, ਇਹ ਆਪਣਾ ਜਿਹੜਾ ਚਾਲੂ ਰਹਿੰਦਾ ਵਾ। ਇਹਦੇ ਨਾਲ ਸਾਨੂੰ ਇਹ ਆ ਜਿਹੜੇ ਕੋਈ ਟ੍ਰੈਫਿਕ ਚਲਾਨ ਕਰਦੇ ਹਾਂ ਅਸੀਂ ਜਾਂ ਵਾਇਲੇਟ ਹੁੰਦੇ ਆ, ਮੁੱਕਰ ਜਾਂਦੇ ਸੀ ਕਈ, ਨਹੀਂ ਜੀ ਮੈਂ ਤਾਂ ਸੀਟ ਬੈਲਟ ਪਹਿਨੀ ਸੀ, ਮੈਂ ਤਾਂ ਰੈੱਡ ਲਾਈਟ ਜੰਪ ਨਹੀਂ ਕੀਤਾ, ਹੈਲਮਟ ਪਹਿਨਿਆ ਹੋਇਆ ਸੀ, ਉਹ ਹੁਣ ਜਿਹੜੀ ਆ ਉਹ ਝੂਠ ਬੋਲਣ ਵਾਲੀ ਜਿਹੜੀ ਕੰਮ ਆ ਉਹ ਖਤਮ ਜੀ। ਔਨਲਾਈਨ ਚਲਾਨ ਵੀ ਕੀਤੇ ਜਾ ਰਹੇ ਹਾਂ? ਬਿਲਕੁਲ ਜੀ, ਔਨਲਾਈਨ ਚਲਾਨ ਵੀ ਜਿਹੜੇ ਆ ਉਹ ਜਿਹੜੇ ਹੈਗੇ ਨੇ ਮਸ਼ੀਨਾਂ ਵਾਲੇ ਉਹ ਕੀਤੇ ਜਾ ਰਹੇ ਨੇ, ਬਾਕੀ ਜਿਹੜੇ ਟ੍ਰੈਫਿਕ ਲਾਈਟਸ ਵਾਲੇ ਆ ਉਹ ਅਜੇ ਸ਼ੁਰੂ ਹੋਣ ਵਾਲੇ ਨੇ। ਸ਼ਹਿਰ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋ? ਸ਼ਹਿਰ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਜੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਹਰ ਵੇਲੇ ਹੈਲਮਟ ਪਹਿਨ ਕੇ ਆਪਣਾ 2-wheeler ਚਲਾਓ,
ਫੋਰ ਵੀਲਰ ਚਲਾਉਂਦੇ ਸਮੇਂ ਸੀਟ ਬੈਲਟ ਪਹਿਨੋ, ਰੋਂਗ ਪਾਰਕਿੰਗ ਖਾਸ ਕਰਕੇ ਗੱਡੀਆਂ ਨਾ ਖੜੀਆਂ ਕਰੋ, ਕਿਉਂਕਿ ਇੱਕ ਗੱਡੀ ਅਗਰ ਸੜਕ 'ਤੇ ਖੜੀ ਹੋ ਜਾਂਦੀ ਆ ਤਾਂ ਜਿਹੜੇ ਸੈਂਕੜੇ ਲੋਕ ਜਿਹੜੇ ਉਹਨਾਂ ਪ੍ਰਭਾਵਿਤ ਹੁੰਦੇ ਆ ਰਸਤੇ ਵਾਲੇ। ਕੰਟਰੋਲ ਰੂਮ ਕਿੱਥੇ ਬਣਿਆ? ਕੰਟਰੋਲ ਰੂਮ ਮਾਨਯੋਗ ਸੀਪੀ ਸਾਹਿਬ ਅੰਮ੍ਰਿਤਸਰ। ਗੱਡੀ ਉੱਪਰ ਕਿੰਨੇ ਕੈਮਰੇ ਲੱਗੇ ਜੀ? ਇੱਕ ਇੱਕ ਗੱਡੀ ਦੇ ਉੱਪਰ, ਹਰ ਗੱਡੀ ਉੱਪਰ ਫਰੰਟ ਔਰ ਬੈਕ ਦੋ ਦੋ ਕੈਮਰੇ ਲੱਗੇ ਆ ਜੀ। ਬਿਲਕੁਲ ਜੀ, ਕੈਮਰੇ ਦੀ ਨਜ਼ਰ ਤੋਂ ਨਹੀਂ ਬਚ ਸਕਦਾ ਨਾ, ਅਸੀਂ ਵੀ ਹਰ ਵੇਲੇ ਕੈਮਰੇ ਦੀ ਨਜ਼ਰ 'ਚ ਰਹਾਂਗੇ ਔਰ ਜੋ ਪਬਲਿਕ ਆ ਉਹ ਵੀ ਹਰ ਵੇਲੇ ਕੈਮਰੇ ਦੀ ਨਜ਼ਰ 'ਚ ਰਹੇਗੀ। ਮੇਰਾ ਨਾਮ ਜੀ ਇੰਸਪੈਕਟਰ ਪਰਮਜੀਤ ਸਿੰਘ, ਟ੍ਰੈਫਿਕ ਇੰਚਾਰਜ। ਸਰ ਕਿਹੜੇ ਰੂਲ ਨਵੇਂ ਆਏ ਜਿਹੜੇ ਗੱਡੀਆਂ ਦੇ ਵਾਹਨਾਂ ਦੇ ਉੱਪਰ ਕੈਮਰੇ ਲੱਗੇ? ਰੂਲ ਨਵੇਂ ਦੇਖੋ ਜੀ, ਡੀ ਸਾਹਿਬ ਦੇ ਵੱਲੋਂ ਇਹ ਸਾਰੀ ਪੰਜਾਬ ਪੁਲਿਸ ਦੇ ਵਿੱਚ ਜੋ ਵੀ ਨਵੀਂ ਨਵੀਂ ਟੈਕਨੀਕ ਆਉਂਦੀ ਆ ਉਹ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਮੁਹੱਈਆ ਕਰਾਈ ਜਾਂਦੀ ਹੈ। ਹੁਣ ਨਵਾਂ ਤਰੀਕਾ ਕੀ ਆਇਆ ਜੀ ਗੱਡੀਆਂ ਦੇ ਉੱਪਰ ਜਿਹੜੇ ਕੈਮਰੇ ਲੱਗੇ ਗਏ? ਨਵਾਂ ਤਰੀਕਾ ਇਹ ਹੈ ਵੀ ਸਾਰੇ ਜਿੰਨੀਆਂ ਸ਼ਹਿਰ ਦੇ ਵਿੱਚ SHO ਜਾਂ ਮਤਲਬ ਉਰੋ ਆਫੀਸਰ ਜਾਂ ਸਾਡੇ ਜਿਹੜੇ ਟ੍ਰੈਫਿਕ ਦੇ ਗੱਡੀਆਂ ਚੱਲਦੀਆਂ ਮਤਲਬ ਉਹਨਾਂ ਦੇ ਉੱਤੇ ਜਿਹੜੇ ਆ CCTV ਕੈਮਰੇ ਲਗਾਏ ਗਏ ਅੱਗੇ ਵੀ ਅਤੇ ਪਿੱਛੇ ਵੀ, ਜੋ ਕਿ ਅੱਗੇ ਵੀ ਕਾਫੀ ਦੂਰ ਤੱਕ ਆਵਾਜ਼ ਕਰਦੇ ਔਰ ਪਿੱਛੋਂ ਵੀ ਆਵਾਜ਼ ਕਰਦੇ। ਫਾਇਦਾ ਇਹਦਾ ਇਹ ਹੋਵੇਗਾ ਕਿ ਜਦੋਂ ਅਸੀਂ ਕੋਈ ਚਲਾਨ ਕੱਟਦੇ ਉਹਦੇ ਨਾਲ ਇਹ ਬਹੁਤ ਇੱਕ ਆਸਾਨ ਤਰੀਕਾ ਹੋ ਜਾਵੇਗਾ ਕਿ ਅਸੀਂ ਜਿਹੜਾ ਚਲਾਨ ਜਿਹਦਾ ਕੱਟ ਰਹੇ ਉਹਨੂੰ ਦੱਸਿਆ ਜਾਏਗਾ ਕਿ ਤੇਰੀ ਜਿਹੜੀ ਆ ਇਹ ਰਿਕਾਰਡਿੰਗ ਜਿਹੜੀ ਆ ਕੈਮਰੇ ਵਿੱਚ ਹੋ ਰਹੀ ਹੈ ਅਤੇ ਜੋ ਵੀ ਆਪਣੇ ਪੂਰਾ ਬਣਦੀ ਕਾਰਵਾਈ ਆ ਉਹ 'ਤੇ ਕੀਤੀ ਜਾਏਗੀ ਔਰ ਕੋਈ ਇਹਦੇ ਵਿੱਚ ਕੋਈ ਝਗੜੇ ਵਾਲੀ ਗੱਲ ਹੀ ਨਹੀਂ ਹੋਏਗੀ। ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ? ਅੰਮ੍ਰਿਤਸਰ ਦੇ ਲੋਕਾਂ ਨੂੰ ਇਹੀ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਹੁਣ ਜਿਹੜੇ ਆ ਬਹੁਤ ਜ਼ਿਆਦਾ ਸਖਤੀ ਹੋ ਗਈ ਆ, ਵੀ ਥਾਂ ਥਾਂ 'ਤੇ ਕੈਮਰੇ ਲੱਗੇ ਆ, ਪੀ ਚਲਾਨਾਂ ਦੇ ਵੀ ਸ਼ੁਰੂ ਹੋ ਗਏ ਆ, ਇਹ ਜਿਹੜੇ ਗੱਡੀਆਂ 'ਤੇ ਕੈਮਰੇ ਆ ਇਹ ਵੀ ਮਤਲਬ ਕਾਫੀ ਦੂਰੋਂ ਤੋਂ ਕੋਈ ਜਿਹਨੇ ਸੀਟ ਬੈਲਟ ਨਹੀਂ ਲਾਈ, ਕੋਈ ਟ੍ਰਿਪ ਰਾਈਡਿੰਗ ਕਰ ਰਿਹਾ, ਕੋਈ ਕਾਲੀ ਮਤਲਬ ਫਿਲਮ ਵਾਲੀ ਗੱਡੀ ਆ ਰਹੀ, ਸਾਰਿਆਂ ਨੂੰ ਆਵਾਜ਼ ਕਰੇਗਾ ਔਰ ਉਦੋਂ ਉਹਨਾਂ ਦਾ ਜਿਹੜਾ ਬਣਦਾ ਚਲਾਨ ਹੋਏਗਾ।